ਜੇ ਦੁੱਖਾਂ ਨੂੰ ਗਲਵਕੜੀ ਪਾਈ ਰੱਖੇਗਾ ਤੇ ਸੁੱਖ ਨੇੜੇ ਕਿੱਥੋਂ ਆਣਗੇ ਜੇ ਸੁੱਖਾਂ ਨਾਲ ਰابطਾ ਬਣਾਈ ਰੱਖੇਗਾ ਤਾਂ ਹੀ ਤਾਂ ਤੈਨੂੰ ਲੋਕ ਅਪਣਾਉਣਗੇ ਤਾਂ ਹੀ ਤਾਂ ਤੈਨੂੰ ਲੋਕ ਚਾਣਗੇ ਮੈਂ ਬਰਨਕੌਰ ਮਾਨ ਤੇ ਮੈਂ ਸੁਖਦੀਪ ਕੌਰ ਸੰਧੂ ਲੈ ਕੇ ਹਾਜ਼ਰ ਪ੍ਰੋਗਰਾਮ ਹਾਜ਼ਰ ਜਵਾਬ ਅੱਛਾ ਅੱਜ ਅਸੀਂ ਨਾਮ ਗਲਤ ਕਰ ਤੋਂ ਬੋਲਤੇ ਮੈਂ ਬੋਲਦਾ ਬਰਨਕੌਰ ਮਾਨ ਤੇ ਤੁਸੀਂ ਬੋਲਤਾ ਸੁਖਦੀਪ ਕੌਰ ਸੰਧੂ ਹੂੰ ਮੈਨੂੰ ਵੀ ਲੱਗਿਆ ਕਿ ਕੁਝ ਉਲਟਾ ਤਾਂ ਹੋਇਆ ਮੈਂ ਕਿਹਾ ਚਲੋ ਤੁਸੀਂ ਬਰਨਕੌਰ ਮਾਨ ਕਹਿੰਦਾ ਮੈਂ ਸੁਖਦੀਪ ਕੌਰ ਸੰਧੂ ਕਹਿ ਦਿੰਨੀ ਐ ਨਾਮ ਚ ਕੀ ਰੱਖਿਆ ਹੈ ਅੱਛਾ ਅੱਜਕੱਲ ਪਤਾ ਮੈਨੂੰ ਇੱਕ ਗੱਲ ਚੇਤੇ ਆ ਗਈ ਆਪਣੇ ਨਾਮ ਚੇਂਜ ਕਰਨ ਤੋਂ ਲੋਕੀ ਅੱਜਕੱਲ ਇਦਾਂ ਬੜਾ ਕਹਿੰਦੇ ਆ ਜੇ ਨਾ ਇਦਾਂ ਹੋਇਆ ਨਾ ਮੇਰਾ ਨਾਮ ਵਟਾ ਦੀ ਅੱਜ ਅਸੀਂ ਵਟਾਤੇ ਇੱਕ ਦੂਜੇ ਦੇ ਨਾਮ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਨਾਮ ਇੱਕ ਦੂਸਰੇ ਨਾਲ ਹੀ ਬਟਾ ਲਏ ਉਹ ਕਹਿੰਦੇ ਆ ਨਾ ਕਿ ਲੋਕ ਮੈਨੂੰ ਚੀਮਾ ਕਹਿੰਦੇ ਆ ਲੈ ਦੱਸ ਲੋਕਾਂ ਦਾ ਤਾਂ ਕੰਮ ਹੈ ਕੁਝ ਨਾ ਕੁਝ ਕਹਿਣਾ ਲੋਕ ਤਾਂ ਕਹਿੰਦੇ ਹੀ ਰਹਿੰਦੇ ਐ ਉਹ ਮੁਰਿਓ ਕਹਿੰਦਾ ਮੇਰਾ ਨਾਮ ਚੀਮਾ ਐ ਕਹਿੰਦਾ ਦੱਸ ਫੇ ਤਾਂ ਲੋਕਾਂ ਨੇ ਕਹਿਣਾ ਹੀ ਆ ਨਾਮ ਨੂੰ ਲੈ ਕੇ ਪੰਜਾਬੀਆਂ ਚ ਨਾ ਅਣਖ ਬੋਹ ਹੁੰਦੀ ਆ ਹਾਂ ਵੈਸੇ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਕਈ ਲੋਕ ਨਾ ਆਪਣਾ ਨਾਮ ਵਧਾ ਚੜਾ ਕੇ ਦੱਸਦੇ ਆ ਅੱਛਾ ਜੇ ਮੈਂ ਆਪਣਾ ਨਾਮ ਵਧਾ ਚੜਾ ਕੇ ਦੱਸਾਂ ਤਾਂ ਮੈਂ ਪਤਾ ਕਿੱਦਾਂ ਬੋਲੂਗੀ ਸੁਖਦੀਪ ਕੌਰ ਸੰਧੂ ਪਿੰਡ ਧੋਗੜੀ ਜਿਹੜਾ ਜਲੰਧਰ ਵਾਲੇ ਹਾਏ 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 ਤੁਸੀਂ ਕਿੱਦਾਂ ਬੋਲੋਗੇ ਆਪਣਾ ਮੈਂ 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 ਕਹੂੰਗੀ ਬਰਨ ਕਾਰਮਾਨ ਜਿਲ੍ਹਾ ਜਲੰਧਰ ਵਾਲੇ ਪੰਜਾਬ ਮੇਲ ਯੂਐਸਏ ਟੀਵੀ ਤੋਂ ਕੈਮਰਾ ਦੇ ਸਾਹਮਣੇ ਕੰਮ ਕਰਦੇ ਹੋਏ। ਓਹੋ ਬਹੁਤ ਸੋਹਣੀ ਐਂਟਰੀ ਜਿਹੜੀ ਐ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਤੀ ਆਪਣੀ ਗੱਲ ਦੇ ਨਾਲ। ਵੈਸੇ ਇਹ ਸੀ ਗੱਲਾਂ ਤਾਂ ਬਹੁਤ ਸਾਰੀਆਂ ਕਰਨੀਆਂ ਅੱਜ। ਅੱਛਾ ਮੈਨੂੰ ਇਹ ਦੱਸੋ ਹੋਰ ਕਿਹੜੀ-ਕਿਹੜੀ ਗੱਲਬਾਤ ਤੁਹਾਡੇ ਦਿਮਾਗ ਵਿੱਚ ਚੱਲਦੀ ਹੈ? ਦੇਖੋ ਗੱਲਾਂ-ਬਾਤਾਂ ਕਦੀ ਮੁਕੀਆਂ ਬੰਦੇ ਦੀਆਂ। ਕਹਿੰਦੇ ਬੰਦਾ ਮੁੱਕ ਜਾਂਦਾ ਗੱਲਾਂ ਤੇ ਜ਼ਿੰਮੇਵਾਰੀਆਂ ਨਹੀਂ ਮੁੱਕਦੀਆਂ। ਗੱਲਾਂ ਮੁਕਣੀਆਂ ਵੀ ਨਹੀਂ ਚਾਹੀਦੀਆਂ। ਜੇ ਗੱਲਾਂ ਮੁੱਕ ਗਈਆਂ ਤੇ ਫੇਰ ਗੱਲਾਂ ਦੇ ਕੜਾਹ ਕੀ ਬਣੋਗੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ ਗੱਲਾਂ ਮਾਰਨ ਨੂੰ ਹਮੇਸ਼ਾ ਕੁੜੀਆਂ ਤੇ ਨਾਮ ਆ ਜਾਂਦਾ ਨਹੀਂ ਕੁੜੀਆਂ ਗੱਲਾਂ ਬਹੁਤ ਕਰਦੀਆਂ ਹਨ ਕਹਿੰਦੇ ਦੋ ਜਨਾਨੀਆਂ ਬੈਠੀਆਂ ਸੀ ਆਪਸ ਚ ਚੁੱਪ ਅਖੇ ਤਾਂ ਗੱਲ ਹੀ ਨਹੀਂ ਬਣੀ ਪਰ ਮੈਂ ਇੱਕ ਗੱਲ ਦੱਸਾਂ ਗੱਲਾਂ ਮੁੰਡੇ ਵੀ ਬਹੁ ਕਰਦੇ ਬਹੁਤ ਜ਼ਿਆਦਾ ਔਰ ਗੱਲਾਂ ਭਾਵੇਂ ਕੁੜੀਆਂ ਦੀਆਂ ਹੀ ਕਰਦੇ ਪਰ ਕਰਦੇ ਬਹੁਤ ਹੈ ਮੈਂ ਨਾ ਕਦੀ ਵੀ ਮੁੰਡੇ ਦੋ ਇਕੱਠੇ ਬੈਠੇ ਹੋਣ ਉਹਨਾਂ ਨੂੰ ਵੀ ਕਦੇ ਚੁੱਪ ਨਹੀਂ ਬੈਠੇ ਪਰ ਇਲਜ਼ਾਮ ਹਮੇਸ਼ਾ ਲਾਉਂਦੇ ਆ ਕੁੜੀਆਂ ਤੇ ਜਾਂ ਫਿਰ ਬੀਬੀਆਂ ਤੇ ਹਾਂ ਬੀਬੀਆਂ ਤੇ ਬੀਬੀਆਂ ਦੀ ਗੱਲ ਲੋ ਕਹਿੰਦੇ ਬਾਹਰਲੇ ਦੇਸ਼ਾਂ 'ਚ ਕੈਮਰੇ ਕਿੱਦਾਂ ਦੇ ਹੁੰਦੇ ਨੇ ਡਿਜੀਟਲ ਕੈਮਰੇ ਹੁੰਦੇ ਨੇ ਕੰਧਾਂ ਦੇ ਉੱਤੇ ਕੈਮਰੇ ਲੱਗੇ ਹੋਏ ਹੁੰਦੇ ਨੇ ਤੇ ਜੇ ਗੱਲ ਕਰਨੀ ਹੋਵੇ ਇੰਡੀਆ ਦੀ ਉੱਥੇ ਕੈਮਰੇ ਕਿੱਦਾਂ ਦੇ ਹੁੰਦੇ ਨੇ ਬੀਬੀਆਂ ਦੇ ਕੈਮਰੇ ਬੀਬੀਆਂ ਕੋਠੇ ਤੇ ਖੜੀਆਂ ਹੋਵੇ ਸਾਰਾ ਕਾਹਦੇ ਦੇ ਦੀਆਂ ਕੌਣ ਲੰਘਿਆ ਕੌਣ ਗਿਆ ਜੀ ਕਦੋਂ ਆਇਆ ਕਿਹੜੇ ਵੇਲੇ ਆਇਆ ਅੱਜ ਉਹਨਾਂ ਦੀ ਕੁੜੀ 5:00 ਬਜ ਕੇ 1 ਮਿੰਟ ਤੇ ਘਰ ਪਹੁੰਚੀ ਅੱਗੇ ਤੇ ਪੂਰੇ 5:00 ਵਜੇ ਆ ਜਾਂਦੀ ਹੁੰਦੀ ਏਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਸਾਡੇ ਵੀ ਜਿਹੜੇ ਘਰ ਦੇ ਲਾਗੇ ਘੰਟੀ ਰਹਿੰਦੇ ਆ ਉਹ ਆਂਟੀ ਨਾ ਹਰ ਇੱਕ ਦਾ ਧਿਆਨ ਰੱਖਦੇ ਆ ਉਹਨਾਂ ਦਾ ਨਾਮ ਪਤਾ ਕੀ ਰੱਖਿਆ ਖਬਰਨਾਮਾ ਜਿਨ੍ਹਾਂ ਨੂੰ ਪਿੰਡ ਦੀ ਸਾਰੀ ਖਬਰ ਹੁੰਦੀ ਆ ਮੈਨੂੰ ਲੱਗਾ ਸ਼ਾਇਦ ਉਹਦਾ ਨਾਮ ਧਿਆਨਕੌਰ ਆ ਜਿਹੜੀ ਲੋਕਾਂ ਦਾ ਧਿਆਨ ਰੱਖਦੀ ਆ ਉਹ ਬਿਲਕੁਲ ਜਿਹੜੀਆਂ ਲਾਗਾ ਬੱਤਾ ਨੇ ਉਹ ਅਸਟੱਟੇ ਵਾਲੀਆਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਹਾਸਾ ਹੀ ਤੁਹਾਡੇ ਵਾਸਤੇ ਸਭ ਕੁਝ ਹੁੰਦਾ ਹੈ ਜੇ ਹਾਸਾ ਹੋਏਗਾ ਤਾਂ ਦੁੱਖ ਦੂਰ ਹੋ ਜਾਣਗੇ ਅੱਛਾ ਸੋ ਕੀ ਤੁਸੀਂ ਨਾਂ ਦੀ ਗੱਲ ਕੀਤੀ ਸੀ ਨਾਂ ਤੋਂ ਮੈਨੂੰ ਇਹ ਵੀ ਚੇਤੇ ਆਇਆ ਹੈ ਕਿ ਸਾਡੇ ਜਿਹੜੇ ਪੰਜਾਬੀ ਨੇ ਉਹ ਆਪਣੇ ਨਾਂ ਨਾਲ ਕੈਨੇਡਾ ਅਮਰੀਕਾ ਯੂਕੇ ਜ਼ਰੂਰ ਲਾਉਣ ਲੱਗ ਗਏ ਹਨਾ ਪਰਮਜੀਤ ਸਿੰਘ ਯੂਕੇ ਵਾਲੇ ਸਤਵਿੰਦਰ ਸਿੰਘ ਕੈਨੇਡਾ ਵਾਲੇ ਹਰਜਿੰਦਰ ਸਿੰਘ ਆਸਟ੍ਰੇਲੀਆ ਵਾਲੇ ਔਰ ਕੋਠੀਆਂ ਦੇ ਬਾਹਰ ਵੀ ਇਹ ਚੀਜ਼ਾਂ ਲੱਗਣ ਲੱਗੀਆਂ ਲੱਗੀਆਂ ਮੈਂ ਇਹੀ ਗੱਲ ਕਹਿਣ ਲੱਗੀ ਸੀ ਕਿ ਮੈਂ ਕੋਠੀਆਂ ਦੇ ਬਾਹਰ ਇਹ ਚੀਜ਼ਾਂ ਬਹੁਤ ਵਾਰ ਪੜੀਆਂ ਸੋ ਇਹਨਾਂ ਦੇ ਨਾਮ ਦੇ ਪਿੱਛੇ ਲਾਉਣਾ ਅਮਰੀਕਾ ਆਸਟ੍ਰੇਲੀਆ ਕੈਨੇਡਾ ਵਾਲੇ ਸੋ ਉਹਨਾਂ ਨੂੰ ਲੱਗਦਾ ਕਿ ਸਾਡੀ ਟੌਰ ਜਿਹੜੀ ਹੈ ਨਾ ਦੁੱਗਣੀ ਹੋ ਗਈ ਹੈ ਹਾਂ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਆਪਣਾ ਨਾਂ ਨਾ ਕਮਾਇਆ ਦੁਨੀਆਂ ਦਾ ਕੋਈ ਹਿੱਸਾ ਨਹੀਂ ਜਿੱਥੇ ਪੰਜਾਬੀ ਨਾ ਗਏ ਹੋਣ ਓਕੇ ਉਹਨਾਂ ਨੇ ਮौज-ਮਸਤੀਆਂ ਨਾ ਕੀਤੀਆਂ ਹੋਣ ਮੇਨਤਾਂ ਨਾ ਕੀਤੀਆਂ ਹੋਣ ਹਨਾ ਔਰ ਇਹਨਾਂ ਚੀਜ਼ਾਂ ਨੂੰ ਹੰਡਾ ਕੇ ਉਹ ਅੱਜ ਇੱਥੇ ਪਹੁੰਚਿਆ ਪਰ ਕਦੇ-ਕਦੇ ਇੱਕ ਬੰਦਾ ਤਾਂ ਸੋਚਦਾ ਹੀ ਪਹਿਲਾਂ ਇਹ ਕਿਹੜੀ ਡਿਗਰੀ ਹੋਈ ਕਿਉਂਕਿ ਆਮ ਤੌਰ ਤੇ ਇੰਡੀਆ ਦੇ ਬਾਹਰ ਕੋਠੀਆਂ ਤੇ ਲਿਖਿਆ ਹੁੰਦਾ ਆ ਕਿ ਫਲਾਨਾ ਡਾਕਟਰ ਐਮਬੀਬੀਐਸ ਫਲਾਨਾ ਡਾਕਟਰ ਐਮਡੀ ਫਲਾਨਾ ਐਮਐਲਏ ਕੈਨੇਡਾ ਅਮਰੀਕਾ ਵਾਲੀ ਡਿਗਰੀ ਜਿਹੜੀ ਉਹ ਤਾਂ ਵੱਖਰੀ ਹੋਈ ਚੱਲਦੀ ਆ ਵੱਖਰੀ ਹੋਈ ਚੱਲਦੀ ਆ ਬਿਲਕੁਲ ਕਿਉਂਕਿ ਕੈਨੇਡਾ ਅਮਰੀਕਾ ਜਾਣਾ ਕਿਹੜਾ ਸੌਖੀ ਚੀਜ਼ ਐ ਘਰ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਰਹਿਣਾ ਆਪਣੇ ਫੈਮਲੀ ਤੋਂ ਛੱਡ ਕੇ ਆਪਣੀ ਫੈਮਲੀ ਨੂੰ ਬਾਹਰ ਰਹਿਣਾ ਇੰਨੀ ਮਿਹਨਤ ਕਰਨੀ ਤੇ ਫਿਰ ਕਮਾਈ ਕਰਨੀ ਤੇ ਨਾਮ ਲਾਉਣਾ ਤਾਂ ਫਿਰ ਬਣਦਾ ਹੀ ਐ ਹੂੰ ਅੱਛਾ ਸੁਖੀ ਇੱਕ ਬੀਬੀ ਆ ਕਿਹੜੀ ਆਸਟ੍ਰੇਲੀਆ ਦੀ ਲਾ ਲੋ ਅਮਰੀਕਾ ਦੀ ਲਾ ਲੋ ਇੰਗਲੈਂਡ ਦੀ ਲਾ ਲੋ ਹਾਂ ਅਸਲ 'ਚ ਬੀਬੀ ਇੱਕ ਆ ਪਰ ਇਹ ਹੁੰਦਾ ਏਦਾਂ ਸਾਰਿਆਂ ਨਾਲ ਹੀ ਆ ਕਿਵੇਂ ਇਹ ਕੀ ਗੱਲ ਹੋਈ ਭਲਾ ਗੱਲ ਏਦਾਂ ਹੋਈ ਜਦੋਂ ਵੀ ਕੋਈ ਬੀਬੀ ਬਾਹਰੋਂ ਆਉਂਦੀ ਹਾਂ ਮੰਨ ਲਓ ਉਹਨਾਂ ਦਾ ਕਾਕਾ ਘਰੇ ਹੈ ਨਹੀਂ ਤੇ ਉਹਨਾਂ ਨੂੰ ਆਟੋ 'ਚ ਜਾਣਾ ਪਿਆ। ਅੱਛਾ ਤੇ ਆਟੋ 'ਚ ਜਾਂਦਿਆਂ ਹੀ ਵਿਚਾਰੀਆਂ ਬੀਬੀਆਂ ਕਹਿਣ ਭਾਈ ਆਟੋ ਰੋਕੀ। ਅੱਛਾ ਜਗ੍ਹਾ ਹੈ ਨਹੀਂ ਸੀ ਆਟੋ 'ਚ। ਅੱਛਾ ਤੇ ਭਾਈ ਕਹੀ ਜਵੇ ਬਹਿ ਜਾਓ ਬਹਿ ਜਾਓ ਬਹਿ ਜਾਓ ਬੀਬੀ ਕਵੇ ਹੈ ਹੈ ਬੇ ਜਗ੍ਹਾ ਤਾਂ ਹੈ ਨਹੀਂ ਮੈਂ ਕਿੱਥੇ ਬਹਿ ਜਾਮਾ ਤੂੰ ਮੇਰੇ ਨਹੀਂ ਦਿਖਾਉਣੇ ਆ ਮੇਰੇ ਤਾਂ ਨਹੀਂ ਅੱਗੇ ਹੀ ਦੁਖਦੇ ਆ ਸਾਡੇ ਤਾਂ ਬੁਆਏ ਘਰ ਹੈ ਨਹੀਂ ਸੀ ਮੈਂ ਤਾਂ ਤਾਂ ਆਟੋ 'ਚ ਬਹਿਣੀ ਇਹ ਤੁਸੀਂ ਚੀਜ਼ ਨੋਟ ਕੀਤੀ ਹੋਣੀ ਆਟੋ 'ਚ ਜਗ੍ਹਾ ਹੋਵੇ ਨਾ ਹੋਵੇ ਆਟੋ ਵਾਲੇ ਤਾਂ ਕਿਨਾਂ ਬਿਠਾਉਂਦੇ ਹੀ ਬਿਠਾਉਂਦੇ ਹੋ ਦੇ ਮੈਂ ਤੁਹਾਨੂੰ ਇੱਕ ਕਿੱਸਾ ਆਪਣਾ ਵੀ ਦੱਸਦੀ ਹਾਂ ਪਹਿਲਾਂ ਜਦੋਂ ਕਾਲਜ ਟਾਈਮ ਤੇ ਸਕੂਲ ਆਈਦਾ ਸੀਗਾ ਕਾਲਜ ਆਈਦਾ ਸੀਗਾ ਉਦੋਂ ਕਦੀ ਕਦੀ ਬੱਸ ਤੇ ਵੀ ਆਉਣਾ ਪੈਂਦਾ ਸੀ ਐਕਟੀਵਾ ਤੇ ਵੀ ਆਉਣਾ ਪੈਂਦਾ ਸੀ ਤੇ ਕਦੀ ਕਦੀ ਆਟੋ ਤੇ ਵੀ ਆਉਣਾ ਪੈਂਦਾ ਸੀ ਆਟੋ ਵਾਲੇ ਕੀ ਕਰਦੇ ਆ ਭਾਵੇਂ ਵਿੱਚ 70 ਸਵਾਰੀਆਂ ਬੈਟੀਆਂ ਹੋਣ ਭਾਵੇਂ ਆਟਾ 'ਚ 70 ਬੈੰਦੀਆਂ ਨਹੀਂ ਪਰ ਉਹਨਾਂ ਨੇ ਤੱਕੇ ਨਾ ਵਾੜੀ ਜਾਣੀ ਹੋਣੀ ਜਾਣੀਆਂ ਫਿਰ ਉਹਨਾਂ ਨੇ ਪਤਾ ਕੀ ਕਰਿਆ ਆ ਜੋ ਸੀਟ ਨਹੀਂ ਹੈਗੀ ਆਜ ਸੀਟ ਨਹੀਂ ਹੈਗੀ ਆਜ ਸੋ ਆਪ ਟੇਡੇ ਮਡੇ ਹੁੰਦੇ ਰਹਿੰਦੇ ਆ ਪਰ ਆਟੋ ਦੇ ਵਿੱਚ ਉਹਨਾਂ ਨੇ ਤਨ ਤਨ ਕੇ ਸਵਾਰੀਆਂ ਬਿਠਾਉਣੀਆਂ ਹਾਂ ਬਿਲਕੁਲ ਇਦਾਂ ਹੁੰਦਾ ਆ ਪਰ ਸਾਨੂੰ ਜਿਹੜੇ ਟ੍ਰਾਫਿਕ ਦੇ ਨਿਯਮ ਆ ਉਹਨਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਆ ਚਾਹੇ ਕਿਸੇ ਵੀ ਕੰਟਰੀ ਦੇ ਨਿਯਮ ਕਿਉਂ ਨਾ ਹੋਣ ਜੇ ਉੱਥੋਂ ਦੇ ਹਿਸਾਬ ਨਾਲ ਜਿਹੜੀ ਚੀਜ਼ ਚੱਲਦੀ ਆ ਆਪਾਂ ਨੂੰ ਉਹੀ ਚਲਾਉਣੀ ਚਾਹੀਦੀ ਆ ਹਾਲਾਂਕਿ ਆਪਾਂ ਇੰਡੀਆ 'ਚ ਥੋੜਾ ੱੱਕਾ ਚਲਾ ਲਾ ਦਿੰਨੇ ਆ ਪਰ ਰੂਲਸ ਨੂੰ ਚਲਾਉਣ ਦੀ ਜਗ੍ਹਾ ਰਿਕਸ਼ੇ ਤੇ ਵੀ ਦੇਖ ਲਓ ਬੀਬੀਆਂ ਆਪ ਇਦਾਂ ਬੈਠੀਆਂ ਹੁੰਦੀਆਂ ਇੱਕ ਨਿਆਣਾ ਤਾਂ ਚੜਾ ਕੇ ਫੱਟੇ ਤੇ ਬਿਠ ਹੁੰਦੇ ਬਸ ਰਿਕਸ਼ੇ ਵਾਲਾ ਕਹਿੰਦਾ ਹੁੰਦਾ ਮੈਂ ਉੱਤਰ ਜਾਣਾ ਤੁਸੀਂ ਚਲਾ ਲਓ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜਿੰਨੇ ਬੰਦੇ ਬੈਣ ਦੋ ਸੋ ਉਹਨਾਂ ਨੇ 4-5 ਇਕੱਠੇ ਕਰਕੇ ਭਾ ਲੈਣੇ ਪਰ ਜਿਹੜਾ ਕਿਰਾਇਆ ਨਾ ਸਿਰਫ ਦੋ ਜਣਿਆਂ ਦਾ ਹੀ ਦੇਣਾ ਹੁੰਦਾ ਕਿਉਂਕਿ ਵੱਡਿਆਂ ਦਾ ਦੇਣਾ ਛੋਟਿਆਂ ਦਾ ਫਰੀ ਹਾਂ ਮੈਨੂੰ ਇੱਕ ਗੱਲ ਹੋਰ ਚੇਤੇ ਆ ਰਹੀ ਹੈ ਨਾ ਛੋਟੇ ਹੁੰਦੇ ਆ ਜਿਹੜੇ ਸਾਡੇ ਅੱਜ ਬਜ਼ੁਰਗ ਵੀ ਬਾਹਰਲੇ ਦੇਸ਼ਾਂ 'ਚ ਬੈਠੇ ਆ ਉਹ ਵੀ ਇਸ ਚੀਜ਼ ਦੇ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਜਿੱਦਾਂ ਹੁਣ ਵੀ ਨਿਆਣੇ ਜਿਹੜੇ ਛੋਟੀ ਉਮਰ ਦੇ ਉਹਨਾਂ 'ਤੇ ਅੱਧੀ ਟਿਕਟ ਲੱਗਦੀ ਹੈ ਨਾ ਤੇ ਕਈ ਵਾਰੀ ਬੀਬੀਆਂ ਨੇ ਉਹਦੇ ਹੀ ਨਿਆਣੇ ਨੂੰ ਦੱਸੀ ਜਾਣਾ ਨਹੀਂ ਨਹੀਂ ਇਹਦੀ ਉਮਰ ਘਾਟਾ ਇਹਦੀ ਛੋਟੀ ਉਮਰ ਸਫ਼ਰ ਕਰ ਰਹੀ ਸੀ ਤੇ ਨਾਲ ਮੇਰੇ ਕੋਈ ਬੀਬੀ ਬਜ਼ੁਰਗ ਸੀ ਉਹਨੇ ਸਾਨੂੰ ਵਾਂਡੇ ਲੈ ਕੇ ਜਾਣਾ ਸੀ ਹੈ ਤੇ ਅਸੀਂ ਚੱਲੇ ਵਾਂਡੇ ਜਦੋਂ ਅਸੀਂ ਵਾਂਡੇ ਜਾ ਰਹੇ ਸੀ ਤੇ ਮੈਂ ਇਦਾਂ ਖੁਸ਼ ਹੋਈ ਜਾਵਾ ਅਸੀਂ ਵਾਂਡੇ ਚੱਲੇ ਮੇਰੀ ਬੀਬੀ ਕਹਿੰਦੀ ਨਹੀਂ ਕੁੜੀਏ ਥੋੜੀ ਜਿਹੀ ਨਿੱਕੀ ਹੋ ਕੇ ਵਹਿ ਅਗਲੇ ਟਿਕਟ ਪੂਰੀ ਲੈ ਲੈਣੀ ਕਿਉਂਕਿ ਜਦੋਂ 7 ਸਾਲ ਦੇ ਹੁੰਦੇ ਸੀ ਤਾਂ ਘਰ ਦੇਣੇ ਨਹੀਂ ਅਜੇ 2.5 ਸਾਲਾਂ ਦਾ ਹੀ ਹੈ ਅੱਛਾ ਜੇ ਕੋਈ ਬੱਚਾ ਹੈਲਦੀ ਆ ਵੱਡਾ ਲੱਗਦਾ ਵੀ ਪਿਆ ਆ ਫਿਰ ਬੀਬੀਆਂ ਪਤਾ ਕੀ ਕਰਦੀਆਂ ਉਹਨੂੰ ਬਾਰੀ ਵੱਲ ਭੋਣਗੀਆਂ ਉਹਨੂੰ ਲਕੋਲ ਕੋਕ ਰੱਖਣਗੀਆਂ ਇਹ ਛੋਟਾ ਹੀ ਆ ਭਾਈ ਕਹਿੰਦਾ ਨਹੀਂ ਬੀਬੀ ਬੱਚਾ ਤੇ ਵੱਡਾ ਲੱਗਦਾ ਪਿਆ ਉਹ ਕਹਿਣਗੀਆਂ ਨਹੀਂ ਨਹੀਂ ਛੋਟਾ ਇਹ ਉਦੋਂ ਹੀ ਵਿਚਾਰਮ ਖਾ ਖਾ ਕੇ ਬੜਾ ਤਗੜਾ ਹੋਇਆ ਪਿਆ ਤਗੜਾ ਹੋਇਆ ਪਿਆ ਅੱਛਾ ਇਹ ਗੱਲ ਝੂਟੇ ਲੈਣ ਲੱਗੀਆਂ ਵੀ ਹੁੰਦੀ ਐ ਜਿੱਦਾਂ ਛੋਟੇ ਦਿਆਣਿਆਂ ਦੇ ਜਿਹੜੇ ਝੂਟੇ ਹੁੰਦੇ ਐ ਕੋਈ ਬੱਚਾ ਛੋਟੀ ਉਮਰ 'ਚ ਵੱਡਾ ਲੱਗਦਾ ਪਿਆ ਹਨਾ ਉਹਨੂੰ ਛੋਟੇ ਆळ्या ਤੇ ਝੂਲੇ ਤੇ ਚੜਾਈ ਜਾਣਗੇ ਭਾਈ ਕਰਕੇ ਨਹੀਂ 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 ਬੀਬੀ ਦਾ ਤਾਂ ਕਾਕਾ ਵੱਡਾ ਐ ਨਾ ਨਾ ਸੇ ਤਾਂ ਵੱਡੀ ਐ ਮੇਰੇ ਕਾਕਾ ਨਹੀਂ ਵੱਡਾ ਨਹੀਂ ਨਹੀਂ ਬੀਬੀ ਦਾ ਤਾਂ ਕਾਕਾ ਵੱਡਾ ਨਹੀਂ ਹੈ ਦੱਦ ਦੇ ਮੇ ਕੋਲ ਨਜ਼ਰ ਲਾਉਣੀ ਮਸਤ ਮੇਰਾ ਪੁੱਤ ਦੋ ਰੋਟੇ ਖਾਣ ਲੱਗਾ ਇਹ ਚੀਜ਼ ਬੜੀਆਂ ਕਰਦੀਆਂ ਬੀਬੀ ਬਹੁਤ ਕਰਦੀ ਨਾਰਮਲ ਗੱਲ ਆ ਕਿ ਉਹ ਵੱਡਾ ਹੀ ਲੱਗੂਗਾ ਪਰ ਬੀਬੀਆਂ ਹਮੇਸ਼ਾ ਲੁਕੋ ਕੇ ਰੱਖ ਦਿੰਗੀਆਂ ਕਿ ਨਹੀਂ ਛੋਟਾ ਹੀ ਆ ਕਿ ਨਜ਼ਰ ਨਾ ਕੀਤੇ ਲੱਗ ਜਾਵੇ ਅੱਛਾ ਸੂਟ ਲੈਣ ਚਲ ਜਾਓ ਤੇ ਸੂਟ ਲੈਣ ਲੱਗਿਆ ਦੁਕਾਨਦਾਰ ਹਰੇਕ ਸੂਟ ਨੂੰ ਇਹੀ ਕਹੀ ਜਾਣਗੇ ਬਹੁਤ ਵਧੀਆ ਬੀਬੀ ਬਹੁਤ ਹੀ ਵਧੀਆ ਲੈ ਜਾ ਤੂੰ ਤੇਰੇ ਜਿੰਨਾ ਕਿਸੇ ਤੇ ਜਚਣਾ ਹੀ ਨਹੀਂ ਤੁਸੀਂ ਉਦਾਂ ਵੀ ਦੁਕਾਨ ਤੇ ਕਿਸੇ ਚੀਜ਼ ਨੂੰ ਹੱਥ ਲਾ ਦੋਗੇ ਨਾ ਦੇਖਣ ਲਈ ਜਦ ਮੰਨ ਲਾ ਮੈਂ ਕਮਾਂ ਹੁੰਦੀ ਆ ਤੂੰ ਕਹਿੰਦੇ ਮੈਂ ਨਹੀਂ ਆਮ ਹੁੰਦੀ ਆ ਆ ਬਹੁਤ ਸੋਹਣੀ ਜੀ ਬਹੁਤ ਸੋਹਣੀ ਲੈ ਜਾ ਲੈ ਜਾ ਉਹ ਵੀ ਬਹੁਤ ਸੋਹਣੀ ਦੁਕਾਨਦਾਰ ਨਾ ਹਰੇਕ ਬੀਬੀ ਨੂੰ ਇਹੀ ਕਹਿੰਦਾ ਮੈਂ ਇੱਕ ਦਿਨ ਨੂੰ ਕਿਹਾ ਠੀਕ ਆ ਹਨਾ ਮੈਂ ਆਪਣੇ ਆਪ ਚ ਲੱਗੀ ਹੋਈ ਸੀ ਕਹਿੰਦਾ ਹਾਂਜੀ ਬਹੁਤ ਵਧੀਆ ਵੇਖਿਆ ਭਾਈ ਤੇਰੀ ਚੀਜ਼ ਐ ਤੂੰ ਤਾਂ ਕਹਿਣਾ ਤੇਰੀ ਦੁਕਾਨ ਐ ਤੂੰ ਵੇਚਣੀ ਐ ਉਹ ਤਾਂ ਕਹੇਗਾ ਹੀ ਬਹੁਤ ਵਧੀਆ ਤੂੰ ਥੋੜੀ ਕਹੇਗਾ ਨਹੀਂ ਨਹੀਂ ਬਹੁਤ ਘਟਿਆ ਦਿਆ ਨਾ ਖਰੀਦੋ ਉਹ ਖਰੀਦੋ ਅੱਛਾ ਇੱਕ ਵਾਰੀ ਲੱਗੀ ਐਗਜ਼ੀਬਿਸ਼ਨ ਸੁ ਕੀ ਠੀਕ ਆ ਕਿਸੇ ਚੀਜ਼ ਦੀ ਤੇ ਉਸ ਐਗਜ਼ੀਬਿਸ਼ਨ ਦੇ ਵਿੱਚ ਮੈਂ ਵੀ ਸੀ ਮੈਂ ਤਾਂ ਭੈਣੇ ਸਮਾਨ ਲੈਣ ਆਏ ਬੰਦੇ ਨੂੰ ਕਹਿ ਬੈਠੀ ਆਹ ਰਹਿੰਦੋ ਆਹ ਘਟਿਆ ਦੂਆ ਵਧੀਆ ਐਗਜ਼ੀਬਿਸ਼ਨ ਵਾਲੇ ਬੀਬੀ ਆਈ ਕਹਿੰਦੀ ਚ ਇਦਾਂ ਸਮਾਨ ਵੇਚਣ ਲੱਗੇ ਫੇਰ ਤਾਂ ਸ਼ਾਮ ਤੱਕ ਗਿਆ ਹਾਂ ਉਹਨਾਂ ਦਾ ਮਤਲਬ ਹੁੰਦਾ ਹੈ ਹਾਂ ਬਿਲਕੁਲ ਉਹਨਾਂ ਦਾ ਕਹਿਣਾ ਮਤਲਬ ਇਹ ਸੀ ਕਿ ਆਪਣੀ ਹਰ ਇੱਕ ਚੀਜ਼ ਨੂੰ ਸੁਲਾਉਣਾ ਆ ਆਪਣੀ ਹਰ ਇੱਕ ਚੀਜ਼ ਦੀ ਵਧੀਆ ਆ ਸੋ ਦੁਕਾਨਦਾਰ ਨੇ ਕਦੇ ਇਹ ਨਹੀਂ ਕਹਿਣਾ ਕਿ ਮੇਰੀ ਆਹ ਚੀਜ਼ ਘਟੀਆ ਰਹਿਣ ਦੋ ਆਹ ਚੀਜ਼ ਵਧੀਆ ਆ ਲੈ ਲਓ ਉਹਨਾਂ ਨੇ ਹਮੇਸ਼ਾ ਜ਼ਿਆਦਾ ਰੇਟ ਵਾਲੀ ਚੀਜ਼ ਕਹਿਣਾ ਬੀਬੀ ਆ ਤੇਰੇ ਤੇ ਬਾਲੀ ਜੱਚਦੀ ਆ ਤੇ ਬੀਬੀਆਂ ਅੱਗੇ ਉਦਦੀਆਂ ਜਿਨ੍ਹਾਂ ਨੇ ਉਹ ਹੀ ਚੀਜ਼ ਲੈਣੀ ਜਿਹੜੀ ਭਾਈ ਨੇ ਕਹਤੀ ਕਿਉਂਕਿ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਹੈ ਕਿ ਵੇਚਣ ਵਾਲਾ ਇਹਨੂੰ ਪਤਾ ਆ ਕਿ ਕਿਹੜੀ ਚੀਜ਼ ਜ਼ਿਆਦਾ ਚੱਲਦੀ ਮੈਂ ਕਿਹਾ ਸਿਰ ਐਡਾ ਵਧੀਆ ਸੂਟ ਪਹਿਣ ਜੀ ਇਸ ਤੋਂ ਵਧੀਆ ਕੋਈ ਹੈ ਨਹੀਂ ਜੇ ਤੁਹਾਡੇ ਤੇ ਬਹੁਤ ਫੱਬੇਗਾ ਭਾਜੀ ਵੀ ਕਹਿਣਗੇ ਅੱਜ ਤੂੰ ਬਹੁਤ ਸੋਹਣੀ ਲੱਗਦੀ ਹੈ ਹਾਂ ਜੀ ਵੀ ਕਹਿਣਗੇ ਮੰਮੀ ਅੱਜ ਤੂੰ ਬਹੁਤ ਸੋਹਣੀ ਲੱਗਦੀ ਹੈ ਫੁੱਲਾ ਵਰਗੀ ਲੱਗਦੀ ਹੈ ਤੂੰ ਪੀਲਾ ਸੂਟ ਲੈ ਜਾਓ ਪਹਿਣ ਜੀ ਫੁੱਲਾ ਵਰਗੇ ਲੱਗੋਗੇ ਸਰੋਦੇ ਫੁੱਲਾ ਵਰਗੇ ਅੱਛਾ ਬਰਨ ਜੀ ਤੁਹਾਨੂੰ ਪਤਾ ਹੈ ਅੱਜ ਮੈਂ ਥੋੜਾ ਲੇਟ ਕਿਉਂ ਹੋ ਗਈ ਸੀ ਕਿਉਂ ਅੱਜ ਮੈਂ ਨਾ ਆਂਦੀ ਹੁੰਦੀ ਹੁੰਦੀ ਨਾ ਸ਼ਾਪਿੰਗ ਕਰਨ ਚਲੀ ਗਈ ਸੀ ਅੱਜ ਮੈਂ ਨਾ ਆਪਣੇ ਕੀ ਕਹਿੰਦੇ ਇਹਨਾਂ ਨੇ ਪੰਜਾਬੀ ਚ ਕਾਂਟੇ ਲੈਣ ਗਏ ਸੀ ਕਿਉਂ ਚੁੰਮਕੇ ਲੈਣ ਮੈਨੂੰ ਬੜੇ ਪਸੰਦ ਆਏ ਅੱਛਾ ਭਾਈ ਮੈਨੂੰ ਕੀ ਕਹਿੰਦਾ ਕਹਿੰਦਾ ਕਿ ਭੈਣ ਜੀ ਚਾਰ ਪੰਜ ਲੈ ਲਓ ਹਾਂ ਕਹਿੰਦਾ ਸੋਹਣੇ ਲੱਗੂਗੇ ਪਰ ਮੈਂ ਚਾਰ ਪੰਜ ਤੇ ਨਹੀਂ ਲਈਏ ਮੈਂ ਦੋ ਕੁ ਲੈ ਲੇ ਕਿਉਂਕਿ ਇਹਨੇ ਰੇਟ ਹੀ ਨਹੀਂ ਬਣਾਉਂਦਾ ਸੀ ਇੱਕ ਗੱਲ ਜ਼ਰੂਰ ਹੈ ਆਪਾਂ ਰੇਟ ਘਟਾਉਣਾ ਵੀ ਹੁੰਦਾ ਅਗਲੇ ਨੂੰ ਵਾਰਾ ਨਹੀਂ ਖਾਂਦਾ ਕਈ ਵਾਰੀ ਫਿਰ ਉਹ ਰੇਟ ਘੱਟ ਨਹੀਂ ਕਰਦੇ ਸਾਡੇ ਵਰਗਿਆਂ ਨੇ ਜੇ ਚਾਰ ਸਿਲੈਕਟ ਕੀਤੇ ਆ ਤੇ ਦੋ ਹੀ ਲੈਣਗੀਆਂ ਬਿਲਕੁਲ ਸਹੀ ਗੱਲ ਹੈ ਦੇਖੋ ਰੇਟ ਘਟਾਉਣ ਦੀ ਕਲਾ ਵੀ ਕਿਸੇ ਕਿਸੇ ਚ ਹੁੰਦੀ ਹੈ ਹਣਾ ਹੁਣ ਮੇਰੇ ਵਰਗੇ ਬੰਦੇ ਨੂੰ ਕਹ ਦੋ ਵੀ ਰੇਟ ਘਟਾ ਮੇਰੇ ਵਾਸਤਾ ਕੰਮ ਹੈ ਨਹੀਂ ਔਰ ਉਦ ਦਾ ਵੀ ਆਪਾਂ ਗਿੱਜੇ ਹੋਏ ਆ ਮਾਲ ਚੀਜ਼ ਚੱਕੀ ਉਨੇ ਹੀ ਦੇਣੇ ਪੈਣੇ ਜਦੋਂ ਰੇਟ ਘਟਾਉਣ ਵਾਲਾ ਕੰਮ ਆਉਂਦਾ ਮੇਰੇ ਅਰਗੇ ਤੇ ਤਾਂ ਹੱਥ ਖੜੇ ਹੋ ਜਾਂਦੇ ਆ ਮੈਂ ਨਾਲ ਇੱਕ ਅੱਧੀ ਬੀਬੀ ਐਦਾਂ ਦੀ ਜਾਂ ਮੈਡਮ ਨਾਲ ਐਦਾਂ ਦੀ ਜ਼ਰੂਰ ਲਜਾਣੀ ਹੁੰਦੀ ਆ ਜਿਹੜੀ ਰੇਟ ਘਟਾਉਣ ਚ ਹੈਲਪ ਕਰੇ ਹੁਣ ਇੱਕ ਕੋਈ ਲੈਣਾ ਸੀ ਮੈਂ ਐਦਾਂ ਸ਼ੋਕੇਸ ਚ ਆ ਸੀਗਾ ਠੀਕ ਆ ਉਹ ਕਹਿੰਦਾ 400 ਦਾ ਇੱਕ ਮੈਂ ਕਿਹਾ ਇੰਨਾ ਮਹਿੰਗਾ ਮੈਨੂੰ ਸਖਾਇਆ ਸਿੱਧਾ ਹੀ ਕਹਿ ਦੇਣਾ ਇੰਨਾ ਮਹਿੰਗਾ ਕਹਿੰਦਾ ਹਾਂਜੀ ਇੰਨੇ ਦਾ ਹੀ ਹੋਣਾ ਮੈਂ ਕਿਹਾ ਚਲੋ 300 ਦਾ ਲਾ ਲਓ ਮੇਰੇ ਨਾਲ ਦੀ ਮੈਡਮ ਪਿੱਛੋਂ ਭੱਜੀ ਭੱਜੀ ਆਈ ਕਹਿੰਦੀ 1 ਮਿੰਟ ਰੁਕੋ ਕਹਿੰਦੀ 400 ਦੇ ਦੋ ਦੇਣੇ ਹਾਂ ਕਹਿੰਦਾ ਨਹੀਂ ਕਹਿੰਦੀ ਰਹਿਣ ਦੋ ਕਹਿੰਦਾ ਲੈ ਜੋ अच्छा देखो मैं 400 दी चीज 300 ਚ ਇੱਕ ਡੈਕੋਰੇਸ਼ਨ ਪੀਸ ਲੈ ਰਹੀ ਆ ਮੈਨੂੰ 400 ਚ ਦੋਨੋਂ ਲੈ ਤੇ ਇਹ ਰੇਟ ਘਟਾਉਣ ਦੀ ਕਲਾ ਬਹੁਤ ਘੱਟ ਲੋਕਾਂ ਚ ਹੁੰਦੀ ਆ ਪਰ ਹੋਣੀ ਚਾਹੀਦੀ ਆ ਕਈ ਬੀਬੀਆਂ ਤਾਂ ਖਲਾਰਾ ਪਾ ਕੇ ਬਹਿ ਜਾਂਦੀਆਂ ਘੱਟਕਾਰੀ ਕਾਰੀਗਰ ਮੈਂ ਤਾਂ ਇੱਕ ਵਾਰੀ ਇਸ ਤਰੀਕੇ ਦੇ ਨਾਲ ਦੁਕਾਨਦਾਰ ਨੇ ਲੁੱਟ ਲਿਆ ਮੈਂ ਲੈਣ ਗਈ ਝੁੰਮਕੇ ਕਹਿੰਦਾ 450 ਦੇ ਮੈਂ ਦੇ ਦਿੱਤੇ ਮੇਰੇ ਨਾਲ ਦੀ ਵੀ ਤੁਸੀਂ ਪੂਰੇ ਹੀ ਦੇ ਦਿੱਤੇ ਪੂਰੇ ਹੀ ਦੇ ਦਿੱਤੇ ਮੇਰੇ ਨਾਲ ਦੀ ਬੀਬੀ ਵੀ ਉਦਾਂ ਦੀ ਉਹ ਕਹਿੰਦੀ ਸੀ ਪੂਰੇ ਪੈਸੇ ਦੇ ਦਿੱਤੇ ਮੈਂ ਕਿਹਾ ਮੈਨੂੰ ਰੇਟ ਨਹੀਂ ਘਟਾਉਣਾ ਆਂਦਾ ਦੂਜੀ ਕਹਿੰਦੀ ਹੈ ਮੈਨੂੰ ਵੀ ਨਹੀਂ ਘਟਾਉਣਾ ਆਂਦਾ ਫਿਰ ਬਾਅਦ ਚ ਜਿਹੜੀ ਸਾਡੀ ਮੈਡਮ ਨਾਲ ਦੀ ਰੇਟ ਘਟਾ ਕੇ ਦਿੰਦੀ ਹੈ ਅਸੀਂ ਉਹਨੂੰ ਦੱਸਿਆ ਉਹ ਕਹਿੰਦੀ ਉਹ ਉੱਥੇ ਖਲਾਰਾ ਪਾ ਕੇ ਬਹਿ ਜੀਦਾ ਇਹ ਫੁਲਾਨੀ ਦੁਕਾਨ ਤੋਂ ਇੰਨੇ ਦੇ ਮਿਲਦੇ ਆ ਇੰਨੇ ਦੇ ਹੀ ਹੋਣੇ ਆ ਫਿਰ ਦੇਖਿਓ ਦੁਕਾਨਦਾਰ ਰੇਟ ਘਟਾਉਂਦੇ ਫਿਰ ਮੈਂ ਕਲਾ ਸਿੱਖੀ ਪਰ ਸੁਖੀ ਪਤਾ ਫਿਰ ਕੀ ਹੋਇਆ ਮੈਨੂੰ ਫਿਰ ਵੀ ਨਹੀਂ ਘਟਾਉਣੇ ਆਏ ਕਿਉਂ ਪਤਾ ਨਹੀਂ ਜਦੋਂ ਮੈਂ ਦੁਕਾਨ ਤੇ ਜਾਂਨੀ ਆ ਨਾ ਮੈਂ ਤਾਂ ਦੋ ਵਾਰੀ ਕਹਿ ਹੁੰਦਾ ਘੱਟ ਕਰ ਲੋ ਕੱਟ ਕਰ ਲੋ ਕਹਿੰਦਾ ਤਾਂ ਨਹੀਂ ਜੀ ਨਹੀਂ ਇੰਨੇ ਦੇ ਆ ਮਨਦਾ ਨਹੀਂ ਉਹੀ ਸੇਮ ਚੀਜ਼ ਦੂਜਾ ਬੰਦਾ ਆ ਕੇ ਕਵੇ ਮੰਨ ਜਾਂਦਾ ਖਰੇ ਮੇਰੇ ਮੂੰਹ ਤੇ ਲਿਖਿਆ ਰੇਟ ਨਹੀਂ ਘਟਾਉਣਾ ਮੈਨੂੰ ਲੱਗਦਾ ਉਹ ਕਹਿੰਦੇ ਹੋਣੇ ਭੈਣ ਜੀ ਨੂੰ ਪਸੰਦ ਜ਼ਿਆਦਾ ਆ ਗਈ ਤਾਂ ਹੀ ਨਹੀਂ ਘਟਾਉਂਦੇ ਰੇਟ ਅਗਲੇ ਤੁਸੀਂ ਕੀ ਕਰੋ ਨਹੀਂ ਆ ਮੈਨੂੰ ਘੱਟ ਹੀ ਪਸੰਦ ਆ ਫਿਰ ਉਹਨਾਂ ਨੇ ਕਿਹਾ ਭੈਣ ਜੀ ਨੂੰ ਘੱਟ ਪਸੰਦ ਫੇ ਦੇ ਦਿਆ ਕਰ ਲੈਣਾ ਹੋ ਸਕਦਾ ਇਦਾਂ ਹੀ ਕਰਨਾ ਅੱਗੇ ਤਾਂ ਤੁਸੀਂ ਠੀਕ ਆ ਅੱਛਾ ਮੈਂ ਮੈਨੂੰ ਵੀ ਇੱਕ ਗੱਲ ਯਾਦ ਆ ਕਿ ਮੈਂ ਵੀ ਤੁਹਾਨੂੰ ਦੱਸਦੀ ਆ ਆ ਪਿੰਡਾਂ ਚ ਆਉਂਦੇ ਨਹੀਂ ਹੱਤੋਂ ਹਾਂ ਆ ਜਿਹੜੇ ਸ਼ਾਲ ਕੋਟੀਆਂ ਲੈ ਕੇ ਆਉਂਦੇ ਆ ਸਾਡੇ ਗਵਾਨ ਚ ਆਇਆ ਰਾਸ਼ੇ ਵੀ ਕਹਿ ਰਹੇ ਰਾਸ਼ੇ ਵੀ ਕਹਿ ਦਿੰਦੇ ਉਹਨਾਂ ਨੂੰ ਕਈ ਸਾਡੇ ਗਵਾਨ ਚ ਆਇਆ ਇੱਕ ਆਂਟੀ ਉਹਨਾਂ ਨੂੰ ਵੀ ਕਲਾ ਬੜੀ ਐ ਰੇਟ ਘਟਾਉਂਦੀ ਰਾਸ਼ੇ ਨੇ ਕਹਿਤਾ ਸ਼ਾਲ 2200 ਦਾ ਆ ਆਂਟੀ ਦੇਖੋ ਅੱਗੇ ਕਿਦਾਂ ਦੀ ਆਂਟੀ ਕਹਿੰਦੀ 250 ਦਾ ਲਾਉਣਾ ਆਂਟੀ ਨੇ ਕਹਿਤਾ 250 ਦਾ ਲਾਉਣਾ ਹਾਂ ਭਾਈ ਥੋੜਾ ਥੋੜਾ ਡਾਊਨ ਆਈ ਜਾਵੇ ਹਾਂ ਉਹਨੇ 2200 ਤੋਂ ਕਰਤਾ 1900 ਹਾਂ ਆਂਟੀ ਧੜਗੀ 250 ਤੇ ਹਾਂ ਭਾਈ ਕਹਿੰਦਾ ਭੈਣ ਜੀ ਥੋੜਾ ਜਿਹਾ ਰੇਟ ਚੱਕੋ ਤੁਸੀਂ ਤਾਂ ਬਾਲਾ ਹੀ ਘੱਟ ਕਰਤਾ ਹਾਂ ਖਲਾਰਾ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਖਲਾਰਾ ਪਾ ਕੇ ਵੇਚਣਾ ਚਾਹੀਦਾ ਉਹਨੇ ਸਾਰੇ ਲਫਾਫੇ ਖਲਾਰਤੇ ਸੀ ਉਹਨੇ ਕਿਹਾ ਸਾਰੇ ਖੋਲ ਦੇ ਇਹ ਤਾਂ ਗਵਾਂਡ ਚ ਹੋਈ ਆਪਣੇ ਨਾਲ ਹੋਈ ਉਹ ਦੱਸਦੀਆਂ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਇਹ ਗੱਲ ਬਿਲਕੁਲ ਸੱਚੀ ਆ ਕੋਈ ਸਾੜੀਆਂ ਵੇਚਣੋਂਦਾ ਅੱਛਾ ਅਸੀਂ ਸਾਰੀਆਂ ਮੈਡਮਾਂ ਇਕੱਠੀਆਂ ਹੋ ਕੇ ਬਹਿ ਜਾਂਦੀਏ ਸਾੜੀਆਂ ਲੈਣ ਦੇ ਲਈ ਬਈ ਉਹ ਸਾੜੀ ਦੀਆਂ ਕੁਆਲਿਟੀਆਂ ਗਿਣਾਉਂਦਾ ਕਿ ਇਦਾਂ ਹਾ ਲਾਈਟਰ ਲਾ ਕੇ ਦੇਖੋ ਕਿੰਨੀ ਵਧੀਆ ਸਿਲਕ ਹੈ ਫਲਾਨਾ ਆ ਟੈਮ ਕਢਾਇਆ ਕਹਿੰਦਾ 6 6000 ਦੀ ਸਾੜੀ ਸੱਚੀ ਗੱਲ ਐ 6 6000 6 6000 ਦੀ ਸਾੜੀ ਸਾਰੀ ਕਹਿਣ ਅੱਛਾ ਪਰ ਕਹਿੰਦਾ ਚਲੋ 3 3000 ਦੀ ਕਰ ਦਿੰਦਾ 6 ਤੋਂ ਸਿੱਧਾ ਹੀ ਥੱਲੇ ਤਿੰਨ ਫਿਰ ਕੋਈ ਵੱਡੀ ਮੈਡਮ ਆਉਂਦੀ ਸਾਡੇ ਨਾਲ ਦੀ ਉਹਨੂੰ ਕੱਪੜੇ ਦੀ ਵੀ ਪਛਾਣ ਹਾਂ ਰੇਟ ਘੱਟ-ਕਟਾਉਣ ਚ ਵੀ ਮਾਹਰ ਰਹੋ ਬਈ ਉਹਨੇ ਪਤਾ ਨਹੀਂ ਕਿਹੜੀ ਜੁਗਲਬੰਦੀ ਕੀਤੀ ਕਿਹੜੀ ਗੱਲਬਾਤ ਕੀਤੀ ਭਾਈ 7700 ਦੀ ਸਾੜੀ ਦੇ ਕੇ ਗਿਆ 6000 ਦੀ ਸਾੜੀ 7700 ਦੀ ਹੋਰ ਸੁਣੋ ਇੱਕ ਐਗਜ਼ਿਬਿਸ਼ਨ ਲੱਗੀ ਇਹ ਸਾਰੀਆਂ ਸੱਚੀਆਂ ਗੱਲਾਂ ਆ ਝੂਟੀਆਂ ਨਹੀਂ ਹੈਗੀਆਂ ਹਾਂ ਅਸੀਂ ਕਦੀ ਵੀ ਝੂਟੀ ਗੱਲ ਕੀਤੀ ਨਹੀਂ ਆਪਣੇ ਪ੍ਰੋਗਰਾਮ ਚ ਖਿਦਾ ਭਾਵੇਂ ਪੂਰਾ ਭਾਦੀ ਐ ਐਗਜ਼ਿਬਿਸ਼ਨ ਤੇ ਗਈ ਐਗਜ਼ਿਬਿਸ਼ਨ ਸੀਗੀ ਦਿੱਲੀ ਦਿੱਲੀ ਮੈਂ ਗਈ ਮੈਂ ਕਿਹਾ ਸਾੜੀ ਕਿੰਨੇ ਦੀ ਕਹਿੰਦਾ 4000 ਦੀ ਲੱਗੂਗੀ ਅੱਛਾ ਮੈਂ ਕਿਹਾ ਇਹ ਸਾੜੀ ਹੈਗੀ 4000 ਦੀ ਮੈਨੂੰ ਨਹੀਂ ਭਲਾ ਪਤਾ ਲੱਗਦਾ ਦੇਖ ਕੇ ਮੈਂ ਕਿਹਾ ਮੈਂ ਇਦਾਂ ਕਹਿ ਕੇ ਚਲ ਗਈ ਮੈਂ ਕਿਹਾ ਮੈਨੂੰ ਪਤਾ ਇਹ 4000 ਦੀ ਜਿਆਦੇ ਫਿਲਮਸਤਾਰੇ ਤਾਂ ਨਹੀਂ ਸੀ ਹਾਂ ਨਹੀਂ 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 ਕੁਛ ਨਹੀਂ ਸੀ ਸਿੱਧੀ ਸਿੰਪਲ ਸੋਣੀ ਸੀ ਆਪਣੇ ਅਰਗੇ ਸੋਣੀ ਸੋਣੀ ਤੇ ਹਨਾ ਮੈਂ ਚਲੀ ਗਈ ਗਾਂ ਪਿੱਛੇ ਦੀ ਹਾਕ ਮਾਰੀ ਉਹਨੇ 1500 ਕੀ ਲੈ ਜਾਓ ਅੱਛਾ ਇਹ ਸੱਚੀ ਜੀ ਵੀ ਰੇਟ ਦੁਗਣੇ ਤਿਗਣੇ ਕਰਕੇ ਲਾਏ ਹੁੰਦੇ ਆ ਲਾਏ ਹੁੰਦੇ ਆ ਕਿ ਬੀਬੀਆਂ ਚਲ ਕਿੰਨਾ ਕੋ ਘਟਾਉਣ ਗਿਆ 2-400 ਘਟਾ ਲੈਣ ਗਿਆ ਪਰ ਸਾਡੇ ਪਿੰਡ ਵਾਲੀ ਬੀਬੀ ਦੀ ਗੱਲ ਅੱਧ ਚ ਹੀ ਰਹਿ ਗਈ ਮੈਂ ਤੁਹਾਨੂੰ ਦੱਸਦੀ ਆ ਆਂਟੀ ਨੇ ਕੀ ਕੀਤਾ ਆਂਟੀ ਕਹਿੰਦੀ 250 ਦੀ ਲਾਉਣੀ ਆ 250 ਦਾ ਸ਼ਾਲ ਲਾਉਣਾ ਤੂੰ ਭਾਈ ਕਹਿੰਦਾ ਨਹੀਂ ਭੈਣ ਜੀ ਥੋੜਾ ਜਿਹਾ ਰੇਟ ਚੱਕੋ ਹੈ ਆਂਟੀ ਤਾਂ ਚੱਕੇ ਨਾ ਰੇਟ ਆਂਟੀ ਤਾਂ ਅੜ ਗਈ 250 ਤੇ ਫਿਰ ਉਹਨੇ ਕੀ ਕੀਤਾ ਹੌਲੀ ਹੌਲੀ ਭਾਈ ਡਾਊਨ ਆ ਗਿਆ 1100 ਤੇ ਆ ਗਿਆ ਆਂਟੀ ਕਹਿੰਦੀ ਨਹੀਂ 250 ਦੇ ਦੋ ਲੈ ਲੂੰਗੀ ਮਤਲਬ ਦੋ ਲੈ ਲੂੰਗੀ 250 ਦੇ ਲਾਲਾ ਹਾਂ ਆਂਟੀ ਨੇ ਆਪਣਾ ਤੇ ਟਕਾਈ ਰੱਖਿਆ ਭਾਈ ਨੇ ਆਪਣਾ ਰੇਟ ਥੱਲੇ ਨੂੰ ਡਾਊਨ ਆਈ ਗਿਆ ਕਿਉਂਕਿ ਉਹਨਾਂ 12 ਖਾਂਦੇ ਸੀ ਤਾਂ ਕਰਕੇ ਉਹ ਫਿਰ 250 ਚ ਦੇ ਗਿਆ ਦੇਖੋ 2200 ਦਾ ਸ਼ਾਲ ਟਾਈ ਸੱਚ ਦੇ ਗਿਆ ਆਂਟੀ ਨੂੰ ਤਾਂ ਕਿੰਨਾ ਫਿਰ ਮੁਨਾਫਾ ਹੋਇਆ ਨਾ ਬਹੁਤ ਜ਼ਿਆਦਾ ਉਹੀ ਆਪਾਂ ਗੱਲ ਕਰ ਰਹੇ ਆਂ ਬਸ ਰੇਟ ਘਟਾਉਣ ਦੀ ਕਲਾ ਉਣੀ ਚਾਹੀਦੀ ਅੱਛਾ ਮੈਨੂੰ ਇੱਕ ਚੀਜ਼ ਨਹੀਂ ਚੰਗੀ ਲੱਗਦੀ ਕਿਹੜੀ ਆਮ ਤੌਰ ਤੇ ਇੰਡੀਆ ਚ ਹੀ ਹੁੰਦੀ ਆ ਇਹ ਚੀਜ਼ ਜਿਹੜਾ ਸਬਜ਼ੀ ਵਾਲੇ ਤੋਂ ਫ੍ਰੀ ਧਨੀਆ ਲੈਂਦੇ ਆ ਨਾ ਉਹ ਮੈਨੂੰ ਬਹੁਤ ਦੁੱਖ ਲੱਗਦਾ ਕਈ ਵਾਰੀ ਕਹਿਣਗੇ ਮਿਰਚਾ ਪਾ ਦੇ ਥੋੜੀ ਜਿਹੀ ਹਾਂ ਦੇਖੋ ਅਗਲਾ ਤਾਂ ਪੈਸੇ ਲਾ ਕੇ ਲੈ ਕੇ ਆਇਆ ਹਨਾ ਉਹਨੇ ਤਾਂ ਮਿਹਨਤ ਕੀਤੀ ਕਮਾਈ ਕੀਤੀ ਆਪਣੀ ਤਾਂ ਜਾ ਕੇ ਉਹਦੀ ਤਾਂ ਹੁਣ ਇੱਕ ਬੋਰੀ ਜੇ ਹੈ ਮਿਰਚਾਂ ਦੀ ਕਿੰਨੇ ਵੇਂ ਕੀ ਆਈ ਹੋਗੀ ਸਾਰੇ ਥੋੜੀਆਂ ਥੋੜੀਆਂ ਫ੍ਰੀ ਲੱਗੇ ਤਾਂ ਕਿਦਾਂ ਸਰੂ ਧਨੀਆ ਫ੍ਰੀ ਲੈਣ ਲੱਗੇ ਆਮ ਜੀ ਗੱਲ ਹੁੰਦੀ ਸੀ ਦੋ ਘਪੱਤੇ ਧਨੀਏ ਦੇ ਪਾਦੇ ਔਰ ਕਹਣਾ ਸਬਜੀ ਦਾ ਧਨੀਆ ਫ੍ਰੀ ਮਿਲਦਾ ਇਦਾਂ ਵੀ ਨਹੀਂ ਕਿਸੇ ਗਰੀਬ ਨਾਲ ਕਰਨੀ ਚਾਹੀਦੀ ਦੇਖੋ ਵੱਡੇ ਵੱਡੇ ਮਾਲਸ ਚ ਜਾਂਦੇ ਹਨਾ ਇੰਨਾ ਇੰਨਾ ਖਰਚਾ ਕਰਦੇ ਆ ਆਪਾਂ ਬ੍ਰੈਂਡਡ ਚੀਜ਼ਾਂ ਲੈਨੇ ਆ ਜਦੋਂ ਤੱਕ ਸੇਲ ਨਹੀਂ ਲੱਗਦੀ ਆਪਾਂ 50% 70% 30% ਹਨਾ ਉਨੀ ਦੇਰ ਤੱਕ ਆਪਾਂ ਘੱਟ ਪੈਸਾ ਨਹੀਂ ਮਾਲ ਵਾਲੇ ਲੈਂਦੇ ਕਿਸੇ ਗਰੀਬ ਤੋਂ ਰੇਟ ਵੀ ਜਾਇਜ਼ ਤਰੀਕੇ ਨਾਲ ਹੀ ਘਟਾਉਣਾ ਠੀਕ ਹੈ ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਵੀ ਰੇਟ ਘਟਾ ਦਿੰਨੇ ਆ ਅਸੀਂ ਉਹਦੇ ਨਾਲ ਵੀ ਫਿਰ ਕਰ ਰਹੇ ਹਾਂ ਫਿਰ ਉਹਦੇ ਨਾਲ ਵੀ ਅਸੀਂ ਗਲਤ ਗੱਲ ਕਰ ਰਹੇ ਹਾਂ ਕਿਉਂਕਿ ਜੇ ਉਹਨੂੰ ਕਿਹੜਾ ਧਨੀਆ ਜੜਾ ਆ ਬੋਰੀ ਫਰੀ ਮਿਲੀ ਆ ਸਬਜੀ ਦੇ ਨਾਲ ਜਿਉਂ ਨੇ ਆਲੂ ਖਰੀਦੇ ਆ ਮਟਰ ਲੈ ਆ ਗਾਜਰਾ ਲਈਆਂ ਤਾਂ ਉਹਨਾਂ ਨੇ ਮੰਡੀ ਵਾਲਿਆਂ ਨੇ ਤਾਂ ਕਿਹਾ ਨਹੀਂ ਕਿ ਤੈਨੂੰ ਬੋਰੀ ਧਨੀਆ ਦੀ ਫਰੀ ਦੇਵਾਂਗੇ ਸਹੀ ਗੱਲ ਸੋ ਇਹ ਗੱਲ ਸੱਚੀ ਹੈ ਕਿਉਂਕਿ ਅੱਜ ਕੱਲ ਇਹ ਹੁੰਦਾ ਹੈ ਅੱਜ ਕੱਲ ਕਿ ਪਹਿਲਾਂ ਵੀ ਇਹ ਹੁੰਦਾ ਹੀ ਸੀ ਕਿਉਂਕਿ ਆਦਤ ਹੁੰਦੀ ਹੈ ਪਿੰਡਾਂ ਦੇ ਵਿੱਚ ਕਿ ਧਨੀਆ ਜੜਾ ਆ ਸਬਜੀ ਦੇ ਨਾਲ ਥੋੜਾ ਜਿਹਾ ਸ਼ਹਿਰਾਂ ਚ ਵੀ ਦੇਖੀ ਮੈਂ ਸ਼ਹਿਰਾਂ ਚ ਵੀ ਹਾਂ ਇਹ ਚੀਜ਼ ਹਰ ਕਿਤੇ ਹੁੰਦੀ ਹੈ ਕਿਉਂਕਿ ਬੀਬੀਆਂ ਦੇ ਵਿੱਚ ਹੀ ਆਦਤ ਹੈ ਕਿ ਸਾਨੂੰ ਥੋੜਾ ਜਿਹਾ ਧਨੀਆ ਪਾ ਦੇ ਹਾਂ ਬਿਲਕੁਲ ਲੈ ਬਈ ਰੇਟ ਘਟਾਉਣ ਦੀ ਨਾ ਬਦਲਣ ਦੀਆਂ ਗੱਲਾਂ ਵੀ ਹੋ ਗਈਆਂ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਸੀਂ ਇਹ ਵੀ ਦੱਸਤਾ ਕੱਲੀਆਂ ਬੀਬੀਆਂ ਨਹੀਂ ਗੱਲਾਂ ਕਰਦੀਆਂ ਮੁੰਡੇ ਵੀ ਕਰਦੇ ਆ ਤੇ ਬੰਦੇ ਵੀ ਕਰਦੇ ਆ ਹਾਂ ਸਹੀ ਜੀ ਗੱਲ ਐ ਪਰ ਹੁਣ ਆਪਣੀਆਂ ਗੱਲਾਂ ਆਪਾਂ ਬੰਦ ਕਰ ਦੇਣੀਆਂ ਕਿਉਂ ਬਸ अच्छा टाइम हो गया हां ਤੁਹਾਨੂੰ ਲੱਗਾ ਮੈਂ ਥੋੜਾ ਗੁੱਸੇ ਹੋ ਗਈ ਨਾ ਨਾ ਮੈਨੂੰ ਲੱਗਾ ਗੁੱਸੇ ਹੋ ਗਏ ਟਾਈਮ ਹੋ ਗਿਆ ਫੇਰ ਤਾਂ ਸਾਨੂੰ ਟਾਈਮ ਦੇ ਪਾਬੰਦ ਹੋਣਾ ਚਾਹੀਦਾ ਹੈ ਜਿਹੜਾ ਟਾਈਮ ਦੀ ਕਦਰ ਕਰਦਾ ਹੈ ਤੇ ਸਮਾਂ ਵੀ ਉਹਦੀ ਕਦਰ ਜ਼ਰੂਰ ਕਰਦਾ ਹੈ ਸੋ ਇਸੇ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਅਸੀਂ ਇਸੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅੱਗੇ ਅਗਲਾ ਪ੍ਰੋਗਰਾਮ ਅਗੀਆਂ ਨਵੀਆਂ ਗੱਲਾਂ ਸਾਡੇ ਹੋਰ ਜੜੀਆਂ ਇਦਾਂ ਦੀਆਂ ਮਸਤੀ ਭਰੀਆਂ ਗੱਲਾਂ ਸੁਣਨ ਦੇ ਵਾਸਤੇ ਦੇਖਣ ਦੇ ਵਾਸਤੇ ਤੁਸੀਂ ਬਣੇ ਰਹੋ ਪੰਜਾਬ ਮੇਲ ਯੂਐਸਸੀ ਟੀਵੀ ਦੇ ਨਾਲ ਸਾਸ਼ਟ੍ਰਿਕ ਕਾਲ ਕਿਉਂਕਿ ਜਦੋਂ 7 ਸਾਲ ਦੇ ਹੁੰਦੇ ਸੀ ਤਾਂ ਘਰ ਦੇਣੇ ਨਹੀਂ ਅਜੇ 2.5 ਸਾਲਾਂ ਦਾ ਹੀ ਹੈ ਇਸ ਅੱਜੂਆ ਸੀ ਨਾ ਮੈਨੂੰ ਇੱਧਰ ਟੱਪੀ ਜਾਵਾਂ ਉਹ ਕਹਿੰਦੀ ਨਹੀਂ ਵੀ ਹੋ ਜਾਂਦੀ ਵੀ ਟੈਕ ਟੂਰੀ ਲੱਗਣੀ ਚੱਲ ਲੱਗੇ ਕਿਤੇ ਸਗੀ 7 ਸਾਲ ਦੇ ਸੀ ਫਿਰ ਬੱਚਾ ਢਾਈਆਂ ਦਾ ਜੇ ਕੋਈ 5 ਸਾਲਾਂ ਤੋਂ ਵੱਧ ਲੱਗਦਾ ਵੀ ਸੀ ਨਾ ਕਿਉਂਕਿ ਜੇ ਕੋਈ ਹੈਲਦੀ ਬੱਚਾ ਆ ਉਹਨੇ ਤਾਂ ਆਪੋ ਆਪਣੇ ਆਪ ਹੀ ਉਹਨੇ ਵੱਡਾ ਲੱਗਣਾ ਹੈ ਦੁਬਾਰਾ ਕਰਦੀਆਂ ਕਿੰਨੇ ਕੁ ਮਿੰਟ ਦੀ ਹੋਈ ਅਜੇ अच्छा दोबारा अच्छा जे कोई ना वा